ਸਾਰੀ ਗੱਲ ਦੱਸੋ। ਹਾਂਜੀ ਭਾਅ ਜੀ, ਮੇਰਾ ਨਾਮ ਸੰਨੀ ਹੈ, ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਵਾਂ। ਭਾਅ ਜੀ, ਇਹ ਚਾਹਲ ਇਨਕਲੇਵ ਬਾਈਪਾਸ ਲੱਗੇ ਪਲਾਟ ਪਰਚੇਜ਼ ਕੀਤਾ ਸੀ, ਅਤੇ ਉਹਦੇ ਸੰਬੰਧ 'ਚ ਮੈਂ ਨਕਸ਼ਾ ਪਾਸ ਕਰਵਾਉਣਾ, ਅਤੇ ਮੈਂ ਵਿਕਰਮਜੀਤ ਸਿੰਘ ਮਾਲ ਅਤੇ ਜਿਹੜੇ ਆਪਣਾ ਚਿੰਮਾ ਹੋਸਪਿਟਲ ਦੇ ਓਪੋਜ਼ਿਟ ਉਹਨਾਂ ਦੀ ਸ਼ੋਪ ਆ, ਅਤੇ ਉਹਨਾਂ ਨੇ ਨਕਸ਼ਾ ਪਾਸ ਕਰਨ ਦੀ ਗੱਲ ਚੱਲ ਰਹੀ ਸੀ, ਅਤੇ ਉਹਨਾਂ ਨੇ ਕਿਹਾ ਕਿ ਅਸੀਂ ਪਾਸ ਕਰਾ ਦਾਂਗੇ, ਅਤੇ ਮੈਂ ਉਹਨਾਂ ਨੂੰ ਕਿਹਾ ਕਿੰਨਾ ਖਰਚਾ ਆਉਣਾ ਵਾ, ਅਤੇ ਮੈਨੂੰ ਕਹਿੰਦੇ 1,10,000 ਰੁਪਇਆ। ਮੈਂ ਉਹਨਾਂ ਨੂੰ 1,10,000 ਰੁਪਏ ਜਿਹੜੀ ਉਹਨਾਂ ਨੇ ਅਮਾਊਂਟ ਮੰਗੀ ਮੈਂ ਪੇ ਕਰ ਚੁੱਕਾ ਵਾਂ। ਹੁਣ ਨਕਸ਼ਾ ਪਾਸ ਹੋਣ ਤੋਂ ਬਾਅਦ ਮੈਨੂੰ PDF ਜਿਹੜੀ ਨਹੀਂ ਦੇ ਰਹੇ, ਔਰ ਮੈਂ ਬਿਜਲੀ ਦਾ ਕਨੈਕਸ਼ਨ ਲਵਾਉਣਾ ਚਾਹੁੰਦਾ ਵਾ, ਉਹਦੇ ਵੀ ਡਾਕੂਮੈਂਟ ਮੈਨੂੰ ਨਹੀਂ ਦੇ ਰਹੇ। ਹੁਣ ਕਹਿ ਰਹੇ ਕਿ ਜਿਹੜੇ ਉੱਚ ਅਧਿਕਾਰੀ ਆ ਉਹ 1,00,000 ਰੁਪਏ ਮੰਗ ਰਹੇ ਆ ਮੇਰੇ ਕੋਲ, ਅਤੇ ਮੈਨੂੰ ਪੈਸੇ ਦਿਓ। ਮੈਂ ਨਾ ਉਹਨਾਂ ਨੂੰ ਕਿਹਾ ਕਿ ਮੈਂ 1,10,000 ਦੇ ਚੁੱਕਾ ਵਾਂ, ਹੋਰ ਮੇਰੇ ਕੋਲ ਗੁੰਜਾਇਸ਼ ਨਹੀਂ ਆ, ਪਰ ਹੁਣ ਮੇਰੇ 'ਤੇ ਪ੍ਰੈਸ਼ਰ ਬਣਾ ਰਹੇ ਆ ਕਿ ਅਫਸਰਾਂ ਨੂੰ ਪੈਸੇ ਦੇਣੇ ਆ। ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਹੈ ਜੀ? ਪ੍ਰਭੂ ਜੀ ਕੀ ਹਾਲ ਜੀ? ਬਾ ਕਿਰਪਾ ਪ੍ਰਭੂ ਕਿਰਪਾ। ਮੈਂ ਕੱਲ੍ਹ ਥੋੜ੍ਹਾ ਚੱਲ ਗਿਆ ਕੰਮ, ਅਤੇ ਮੈਂ ਬੇਨਤੀ ਅਰਜ ਕਰਨੀ ਸੀ ਭਰਾ ਨੂੰ, ਰਿਕੁਐਸਟ ਹੀ ਆ। ਮੈਂ ਕਿਹਾ ਥੋੜ੍ਹੇ ਘੱਟ ਕਰੋ, ਹੈ ਨਹੀਂ ਹੁੰਦਾ ਪਿਆ ਮੇਰੇ ਕੋਲ ਅਰੇਂਜਮੈਂਟ, ਰਿਕੁਐਸਟ ਹੀ ਆ ਭਰਾ ਦੀ। ਮੈਂ ਨਾ ਲੱਖ, ਮੈਂ ਸੋਚਿਆ 1,10,000 'ਚ ਹੋ ਜਾਏਗਾ। ਮੈਂ ਤੁਹਾਨੂੰ ਆਖਿਆ ਸੀ ਕਿ ਭਾਈ ਇੰਨੇ ਦਿਨ ਹੋਣੀ, ਡੇਰ ਦੇ ਵਿੱਚ ਵਿੱਚ ਗੇਮ ਪੈਣੀ ਜੇ ਪਈ ਰਹੇ ਸਾਡੀ। ਨਹੀਂ ਹੁਣ ਦੇਖੋ ਭਰਾ, ਇੰਨਾ ਕਰਾ ਦਿਓ, ਜ਼ਿੰਦਗੀ ਸਾਰੀ ਜ਼ਿੰਦਗੀ ਆਸਾਨ ਰਹੇਗਾ ਤੁਹਾਡਾ, ਰਿਕੁਐਸਟ ਵਾਲੀ ਗੱਲ। ਮੈਂ ਕਦੇ 20,000 ਰੁਪਏ 'ਚ ਕਰਾ ਦਿਓ, ਮੈਂ ਕਰ ਲੈਂਦਾ ਬੜਾ। ਐਕਚੁਲੀ ਸਰ ਮੈਂ 1,10,000 ਦਾ ਅਰੇਂਜਮੈਂਟ ਬਣਾਇਆ ਦਾ ਸੀ। ਦੇਖੋ ਨਾ, ਸਹਿਮਤ ਹਾਂ, ਪਰ ਮੈਂ ਜਿਹੜਾ ਤੁਸੀਂ ਮੈਨੂੰ ਐਸਟੀਮੇਟ ਦਿੱਤਾ ਸੀ ਨਾ, ਤੁਸੀਂ 1,00,000 ਰੁਪਏ ਦੇ ਲੱਗੇ ਜਾਂ ਉੱਪਰ ਵੱਧ ਸਕਦਾ 5-10,000 ਰੁਪਇਆ। ਚਲੋ ਥੋੜੇ ਘੱਟ ਕਰਾਓ, ਚਲੋ ਕਿਉਂਕਿ ਬਾਕੀ 40-45,000 ਦੇ ਭੈਣ ਫੀਸ ਹੀ ਆ ਭਾਈ ਤੁਹਾਡੀ, ਮਤਲਬ ਨਾ। ਚਲੋ ਫਿਰ ਮੈਂ ਬਸ ਭਾਈ ਮਿਹਨਤੀ ਆ ਕੋਰਟ 'ਚ ਭਾਈ, ਮੇਰੀ ਤਰੀਕ ਹੈ, ਮੈਂ ਹਾਜ਼ਰੀ ਲਵਾ ਕੇ ਆ ਗਿਆ ਫਿਰ ਹਨਾ। ਮੈਂ ਕੋਰਟ ਕਿਉਂ, ਮੈਂ ਕਹਿ ਰਿਹਾ ਸੀ ਭਰਾ ਨੂੰ, ਮੈਂ ਫੋਨ ਤਾਂ ਕਰਦਾ ਪਿਆ ਸੀ ਨਾ, ਅੱਜ ਦਾ ਦਿਨ ਵਾ, ਅੱਜ ਉਹਨੇ ਚਲ ਜਾਣਾ ਬੰਦੇ ਨੇ ਬਠਿੰਡੇ, ਅੱਛਾ ਛੁੱਟੀ ਆ, ਹਾਂ ਹੋਲੀ ਦੀ ਛੁੱਟੀ ਆ, ਮੰਗਲਵਾਰ ਫਿਰ ਉਹਨੇ ਨਹੀਂ ਆਉਣਾ, ਉਹਨੇ ਜਾ ਕੇ ਫਿਰ ਬੁੱਧਵਾਰ ਜਾ ਕੇ ਆਉਣਾ ਭਾਈ, ਫਿਰ ਤੁਹਾਡੀ ਫਿਰ ਉਹੀ ਭੈਣ ਅਗਲੇ ਹਫ਼ਤੇ ਦੇ ਗੇਮ ਪੈ ਜਾਣੀ। ਮੈਂ ਕਹਿੰਦਾ ਕਿ ਚੱਲ ਆ ਹੀ ਹੁੰਦਾ, ਤੇ ਮੈਂ ਉਹਨੂੰ ਕੋਲ ਤਾਂ ਹੀ ਤੁਹਾਨੂੰ ਅੱਜ ਰਸੀਦ ਕਟਾ ਦਿੰਦਾ, ਤੇ ਤੁਸੀਂ ਵੀ ਟੈਨਸ਼ਨ ਫ੍ਰੀ ਤੇ ਅਸੀਂ ਵੀ ਟੈਨਸ਼ਨ ਫ੍ਰੀ ਵੀ ਜੀ, ਭਰਾ ਤੇ ਯਕੀਨ ਰੱਖੋ। ਨਹੀਂ ਨਹੀਂ ਚਲੋ, ਮੈਂ ਤਾਂ ਤੁਹਾਨੂੰ ਬਾਰ ਬਾਰ ਫੋਨ ਕਰਦਾ ਗਿਆ, ਕਿਉਂਕਿ ਫਿਰ ਹਫ਼ਤਾ 10 ਦਿਨ ਦੀ ਗੇਮ ਪੈ ਜਾਣੀ ਆ ਨਕਸ਼ਾ ਪਾਸਿੰਗ ਤੇ, ਹੁਣ ਤੇ ਚਲੋ ਅੱਜ ਦਾ ਦਿਨ ਇਹਨਾਂ ਦੇ ਮਗਰ ਪੈ ਕੇ ਮੈਂ ਕਰਾ ਲਾਂਗਾ ਕਿ ਹਾਂ ਬਈ ਠੀਕ ਕਰਕੇ ਤੇ ਰਸੀਦਾਂ ਕਰਾ ਕੇ ਤੇ ਨਾਲ ਹੀ ਉਹਨੂੰ ਕਹਾਂਗੇ ਭਾ ਨਕਸ਼ਾ ਪਾਸ ਕਰ ਦੇ ਭਾਈ। ਚਲੋ 1,40,000 ਚ ਵੀ ਹੋ ਜਾਂਦਾ ਭਾਈ, ਚੁੱਭਣਾ ਨੀ ਇਹਨਾਂ ਦੇ ਭਰਾ ਦਾ, ਕਰਾਓ ਮਾੜਾ ਮੋਟਾ, ਚਲੋ ਹੁੰਦੇ ਅਫਸਰਾਂ ਨਾਲ। ਪਤਾ ਗੱਲ ਕੀ, ਵੇਖੋ ਵੀਰ ਜੀ,
ਮੈਂ ਤਾਂ ਆਪਣੇ ਮੈਂ ਆਪਣੇ ਵੱਲੋਂ ਖੁਸ਼ ਸੀ, ਮੈਂ ਕਿਹਾ ਮੈਂ ਆਪਣੇ ਵੱਲੋਂ ਖੁਸ਼ ਸੀ। ਹਾਂਜੀ ਸੁਣੋ ਤੇ ਸਹੀ, 55,000 ਰੁਪਇਆ ਭਾਈ ਬਣਦਾ ਵਾ, 1,000 ਰੁਪਇਆ ਉਹਦੀ, 55,000 ਉਦਾਂ ਬਣਦਾ, 1,000 ਉਹਦੀ ਰਸੀਦ ਦਾ ਲੱਗਣਾ, ਉਹਨਾਂ ਨੇ ਲੈਣਾ ਵਾ ਆਪਣਾ ਤੁਹਾਡਾ ਜਿਹੜਾ ਵਾ ਬਿੱਲ, ਉਹਦੀ ਮੀਟਰ ਦੀ ਬਿਜਲੀ ਦੀ ਬਿੱਲ ਵਾਲੀ, ਠੀਕ ਹੈ ਨਾ ਭਾਈ? ਹਾਂਜੀ ਠੀਕ ਨੇ। ਤੇ ਤੁਸੀਂ ਭਾਈ ਦੋ ਦਿਨ ਉਹਦੇ ਵਿੱਚ, ਚਲੋ ਮੈਂ ਕਰ ਲਵਾਂਗਾ ਕਿ ਮੈਂ